ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਦਲੀਏਵਾਲਾ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਮੀਟਿੰਗ ਕਰਕੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਮਾਨਸਾ ਆਮਦ ਤੇ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ, ਉੱਥੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਗਾ ਦੀ ਅਗਵਾਈ ਹੇਠ ਪਿੰਡ ਵਿੱਚ ਰੋਸ ਮਾਰਚ ਕੀਤਾ ਗਿਆ। ਪੰਜਾਬ ਸਰਕਾਰ ਦੀ ਕਰਜ਼ ਮੁਆਫ਼ੀ ਮੁਹਿੰਮ 'ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਰਾਮ ਸਿੰਘ ਭੈਣੀ ਬਾਗਾ ਨੇ ਕਿਹਾ ਹੈ ਕਿ 5 ਜ਼ਿਲ੍ਹਿਆਂ ਵਿੱਚ ਕਰਜ਼ ਮੁਆਫ਼ੀ ਹੋ ਰਹੀ ਹੈ। ਉਸ ਵਿੱਚ 2.5 ਏਕੜ ਵਾਲੇ 1,42,000 ਕਿਸਾਨ ਹਨ, ਪਰ ਸਿਰਫ 47,000 ਕਿਸਾਨਾਂ ਦਾ ਕਰਜ਼ ਮਾਫ਼ ਕੀਤਾ ਜਾ ਰਿਹਾ ਹੈ। ਮੇਰੇ ਕੋਲ 2.5 ਏਕੜ ਜ਼ਮੀਨ ਹੈ, ਜਿਹਦੇ ਵਿੱਚ ਸਟੇਟੀ ਦਾ ਮੈਂ 20,000 ਰੁਪਇਆ ਕਰਜ਼ਾ ਦੇਣਾ। ਉਹਦੇ ਵਿੱਚ ਮੈਂ ਇੱਕਤੀ ਵਾਰ ਭਰਿਆ ਵੀ ਨੀਗਾ ਅਤੇ ਮੈਂ ਮਾਫ਼ੀ ਨੂੰ ਉਡੀਕਦਾ ਸੀਗਾ, ਪਰ ਮੈਨੂੰ ਕੋਈ ਮਾਫ਼ੀ ਨਹੀਂ ਆਈ। ਅਤੇ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਤੋਂ ਕਿ ਜੋ ਮਾਫ਼ੀ ਦਾ ਐਲਾਨ ਕੀਤਾ ਸੀਗਾ ਉਹ ਮਾਫ਼ੀ ਜ਼ਰੂਰ ਦੇਣ, ਸਟੇਟੀਆਂ 'ਚ ਵੀ ਦੇਣ, ਅਤੇ ਜੋ ਲਿਪਟਾਂ ਬਣਾਈਆਂ ਕਿਸਾਨਾਂ ਨੇ, ਜੋ ਕੀਤਾ ਸੀ ਵੀ 2 ਲੱਖ ਰੁਪਇਆ ਪੰਜਾਬ ਸਰਕਾਰ ਮੁਕਤ ਕਰੂਗੀ ਕਰਜ਼ਾ, ਅਤੇ ਉਹ ਸਾਨੂੰ ਜਿਹੜਾ ਲਿਪਟਾਂ ਬਣਾਈਆਂ ਉਹਦਾ ਵੀ ਸਾਨੂੰ ਮਾਫ਼ ਕਰਨ, ਤੋ ਧੰਨਵਾਦ ਕੀਤਾ ਜਾਊ ਪੰਜਾਬ ਸਰਕਾਰ ਦਾ। ਜੇ ਨਹੀਂ ਜੋ ਪੰਜਾਬ ਸਰਕਾਰ ਵੱਲੋਂ 2.5 ਏਕੜ ਦੇ ਜਿਹੜੇ ਕਰਜ਼ਾ ਮਾਫ਼ੀ ਦਾ ਕੱਲ੍ਹ ਨੂੰ ਮਾਨਸਾ ਦੇ ਵਿੱਚ ਉਹ ਕਰ ਰਿਹਾ ਸਰਟੀਫਿਕੇਟ ਦੇਣ ਦਾ, ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅਸੀਂ ਕੱਲ੍ਹ ਨੂੰ ਮਾਨਸਾ ਸ਼ਹਿਰ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਹਾਂ। ਇਸ ਲਈ ਕਰ ਰਹੇ ਹਾਂ ਰੋਸ ਮੁਜ਼ਾਹਰਾ ਜਦੋਂ ਮੁੱਖ ਮੰਤਰੀ ਸਾਹਿਬ ਆ ਰਹੇ ਨੇ, ਕਿਉਂਕਿ ਜਿਹੜੀਆਂ ਲਿਸਟਾਂ 2.5 ਏਕੜ ਵਾਲਿਆਂ ਦੀਆਂ ਕਰਜ਼ਾ ਮਾਫ਼ੀ ਦੀਆਂ ਜਾਰੀ ਕੀਤੀਆਂ ਨੇ ਉਹਦੇ ਵਿੱਚ ਬਹੁਤ ਵੱਡੀ ਗੜਬੜ ਹੈ। ਜਿਹੜੇ ਕਿਸਾਨ ਹੈ ਉਹ ਵੱਡਾ ਹਿੱਸਾ ਬਾਹਰ ਸੱਟਤਾ, ਸਿਰਫ ਉਂਗਲੀਆਂ ਤੇ ਗਿਣੇ ਜਾ ਸਕਦੇ ਆ ਜਿਹੜੇ 2.5 ਏਕੜ ਵਾਲੇ ਕਿਸਾਨਾਂ ਨੂੰ ਇਹਨਾਂ ਸੂਚੀ ਦੇ ਵਿੱਚ ਲਿਆ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।